1937 ਚ ਲਈ ਸੀ ਜੀ ਇਹ ਮੇਰੇ ਗ੍ਰੇਟ ਗ੍ਰੈਂਡ ਫਾਦਰ ਸ਼੍ਰੀ ਅੰਦਰ ਲਾਲ ਜੀ ਸ਼੍ਰੀ ਚੁੰਨੀ ਲਾਲ ਜੀ ਉਹਨਾਂ ਨੇ ਇੰਪੋਰਟ ਕਰਵਾਈ ਸੀ ਆਸਟ੍ਰੇਲੀਆ ਤੋਂ। ਔਰ ਇਹ ਉੱਥੋਂ 3 ਮਹੀਨੇ ਪਹਿਲਾਂ ਡਰਾਫਟ ਭੇਜਿਆ ਸੀ ਉਹ ਵੀ ਸੀ ਤਾਂ ਸਿਸਟਮ ਔਰ ਇਹ ਬਾਏ ਸ਼ਿਪ ਆਈ ਸੀ ਜੀ ਬੰਬੇ। ਤਾਂ ਜਦੋਂ ਰਸਤੇ ਤੇ ਜਾਂਦੀ ਫਿਰ ਲੋਕ ਖਰ ਖਰ ਦੇਖਦੇ ਨੇ ਜੀ 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 ਲੋਕ ਦੇਖਦੇ ਨੇ ਔਰ ਜੋ ਲੋਕ ਪਹਿਚਾਣਦੇ ਨੇ ਉਹ ਆਸ਼ੀਰਵਾਦ ਵੱਲੋਂ ਦਿੰਦੇ ਨੇ ਔਰ ਪ੍ਰੇਜ਼ ਕਰਦੇ ਨੇ ਔਰ ਸਾਡੀ ਫੈਮਿਲੀ ਅਸੀਂ ਵਾਂਸ ਇਨ ਅ ਮੰਥ 1 ਮਹੀਨੇ 1.5 ਮਹੀਨੇ ਬਾਅਦ ਅਸੀਂ ਰਾਉਂਡ ਲਗਾਉਂਦੇ ਹਾਂ ਸ਼ਹਿਰ ਦਾ ਮਜ਼ਾ ਆਉਂਦਾ। ਤਾਂ ਅੱਗੋਂ ਵੀ ਇਹ ਸੰਭਾਲ ਕੇ ਫਿਰ ਇੱਦਾਂ ਹੀ ਰੱਖੋਗੇ? ਜੀ 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 ਮੇਰਾ ਬੇਟਾ ਬਹੁਤ ਸ਼ੌਕੀਨ ਹੈ ਜੀ ਆਸਟ੍ਰੇਲੀਆ ਔਰ ਉਹਨੇ ਹੀ ਇਹ ਤਿਆਰ ਕਰਵਾਈ ਸੀ ਇਹ 20-21 ਸਾਲ ਗੈਰਜ ਖੜੇ ਦੇ। ਅੱਛਾ ਹਾਂਜੀ ਉਹਨੇ ਉਹ ਪਲੱਸ ਟੂ 'ਚ ਸੀ ਉਹਨੇ ਕਿਹਾ ਪਾਪਾ ਕਾਰ ਤਿਆਰ ਕਰਨੀ ਹੈ ਫਿਰ ਅਸੀਂ ਨਿਕਾਲ ਕੇ ਇਹਨੂੰ ਰੈਨੋਵੇਟ ਕਰਾਇਆ ਸਾਰਾ। ਇਹ ਕਿੰਨੀ ਕਿਲੋਮੀਟਰ ਜਿਹੜੇ ਆ ਉਹ ਚੱਲ ਚੁੱਕੀ ਹੋਈ ਹੈ ਗੱਡੀ ਹੁਣ? ਇਹ ਰਫਲੀ ਜੀ ਮੇਰੇ ਖਿਆਲ 10 ਲੱਖ ਕਿਲੋਮੀਟਰ ਤੋਂ ਜ਼ਿਆਦਾ ਚੱਲ ਚੁੱਕੀ ਹੈ। 10 ਲੱਖ? ਜੀ 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 ਜ਼ਿਆਦਾ ਚੱਲ ਚੁੱਕੀ ਹੈਗੀ। ਅੱਜ ਤੁਹਾਨੂੰ ਫਿਰੋਜ਼ਪੁਰ ਦੇ ਵਿੱਚ ਇੱਕ ਐਵੇਂ ਦੀ ਵਿੰਟੇਜ ਕਾਰ ਦਿਖਾਉਣ ਜਾ ਰਹੇ ਹੈਗੇ ਆ ਜਿਹੜੀ ਬਹੁਤ ਸੋਹਣੀ ਹੈਗੀ ਆ। ਜਦੋਂ ਇਹ ਸੜਕ ਦੇ ਉੱਤੇ ਉਤਰਦੀ ਹੈ ਤਾਂ ਲੋਕ ਇਹਨੂੰ ਖੜ ਖੜ ਦੇਖਦੇ ਹੈਗੇ ਆ। ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਸ਼ੇਪ ਅੱਗੋਂ ਕਿੱਡੀ ਸੋਹਣੀ ਹੈਗੀ ਹੈ ਕਿ ਬੜਾ ਲੋਹਾ ਵੀ ਮਜ਼ਬੂਤ ਹੈ। ਉਸ ਟਾਈਮ ਦੇ ਉੱਤੇ ਜਿਹੜੀਆਂ ਇਹ ਬਣਦੀਆਂ ਹੈਗੀਆਂ ਸੀਗੀਆਂ ਉਸ ਟਾਈਮ ਦੇ ਉੱਤੇ ਕਾਰਾਂ ਤਾਂ ਕਿੱਦਾਂ ਕਿੰਨੀ ਸੋਹਣੀ ਬਣਾਉਂਦੇ ਹੈਗੇ ਸੀ ਔਰ ਕਿੰਨੀ ਮਜ਼ਬੂਤ ਬਣਾਉਂਦੇ ਹੈਗੇ ਸੀਗੇ। ਤਾਂ 1937 ਦੇ ਵਿੱਚ ਇਹ ਖਰੀਦੀ ਗਈ ਹੈਗੀ ਸੀ ਔਰ ਅੱਜ ਇਹ ਪੀੜ੍ਹੀਆਂ ਇਸ ਨੂੰ ਸੰਭਾਲ ਕੇ ਰੱਖ ਰਹੀਆਂ ਹੈਗੀਆਂ। ਅੱਜ ਵੀ ਇਹ ਸੜਕ 'ਤੇ ਜੋੜਦੀ ਹੈ ਔਰ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਦੇ ਹੈਗੇ ਆ ਕਿ ਕਿੰਨੇ ਕਿਲੋਮੀਟਰ ਹੁਣ ਤੱਕ ਇਹ ਚੱਲ ਚੁੱਕੀ ਹੋਈ ਹੈ ਔਰ ਇਹਨੂੰ ਕਿੱਥੇ ਕਿੱਥੇ ਉਹ ਲੈ ਕੇ ਗਏ ਹੈਗੇ ਨੇ ਔਰ ਕਿੰਨੀ ਪੀੜ੍ਹੀ ਜਿਹੜੀ ਉਹਨਾਂ ਦੀ ਸੰਭਾਲ ਗਈ ਹੈਗੀ ਹੈ ਇਹ ਸਾਰੀ ਗੱਲਬਾਤ ਵੀ ਜਿਹੜੀ ਹੈ ਉਹਨਾਂ ਦੇ ਨਾਲ ਕਰਦੇ ਹੈਗੇ ਆ। ਅੱਜ ਵੀ ਤੁਸੀਂ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਕਿੰਨੀ ਕੁ ਖੁਸ਼ੀ ਹੁੰਦੀ ਹੈ? ਬਹੁਤ ਖੁਸ਼ੀ ਹੈ ਜੀ, ਕੋਈ ਲਿਮਿਟ ਨਹੀਂ ਹੈ, ਬਹੁਤ ਮਨ ਪ੍ਰਸੰਨ ਰਹਿੰਦਾ। ਬਜ਼ੁਰਗਾਂ ਦੀ ਦੇਣ ਹੈ, ਸੰਭਾਲੀ ਹੋਈ ਹੈ। 87 ਇਅਰ ਓਲਡ ਕਾਰ ਹੈ, 1937 ਫਸਟ ਓਨਰ ਹੈ, ਇਸ ਲਈ ਸੰਭਾਲੀ ਹੋਈ ਹੈ। ਤਾਂ ਇਹ ਕਦੋਂ ਲਿੱਤੀ ਹੈਗੀ ਸੀਗੀ ਔਰ ਕਿੱਥੋਂ ਲਈ ਹੈਗੀ? 1937 ਚ ਲਈ ਸੀ ਜੀ ਇਹ ਮੇਰੇ ਗ੍ਰੇਟ ਗ੍ਰੈਂਡ ਫਾਦਰ ਸ਼੍ਰੀ ਅੰਦਰ ਲਾਲ ਜੀ ਸ਼੍ਰੀ ਚੁੰਨੀ ਲਾਲ ਜੀ ਉਹਨਾਂ ਨੇ ਇੰਪੋਰਟ ਕਰਵਾਈ ਸੀ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਰਾਈਟ ਹੈਂਡ ਡਰਾਈਵ ਜਿਹੜੀਆਂ ਨੇ ਉਹ ਆਸਟ੍ਰੇਲੀਆ ਮੈਨੂਫੈਕਚਰਿੰਗ ਹੁੰਦੀ ਸੀ ਔਰ ਲੈਫਟ ਹੈਂਡ ਡਰਾਈਵ USA ਕਿਉਂਕਿ ਸ਼ੈਵਰਲੇ ਕੰਪਨੀ ਜਿਹੜੀ USA ਦੀ ਹੈ ਔਰ ਇਹ ਉੱਥੋਂ 3 ਮਹੀਨੇ ਪਹਿਲਾਂ ਡਰਾਫਟ ਭੇਜਿਆ ਸੀ ਉਹ ਵੀ ਸੀ ਤਾਂ ਸਿਸਟਮ ਔਰ ਇਹ ਬਾਏ ਸ਼ਿਪ ਆਈ ਸੀ ਜੀ ਬੰਬੇ ਮੁੰਬਈ। ਤਾਂ ਜਦੋਂ ਰਸਤੇ ਤੇ ਜਾਂਦੀ ਫਿਰ ਲੋਕ ਖਰ ਖਰ ਦੇਖਦੇ ਨੇ? ਜੀ 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 ਲੋਕ ਦੇਖਦੇ ਨੇ ਔਰ ਜੋ ਲੋਕ ਪਹਿਚਾਣਦੇ ਨੇ ਉਹ ਆਸ਼ੀਰਵਾਦ ਵੱਲੋਂ ਦਿੰਦੇ ਨੇ ਔਰ ਪ੍ਰੇਜ਼ ਕਰਦੇ ਨੇ ਔਰ ਸਾਡੀ ਫੈਮਿਲੀ ਅਸੀਂ ਵਾਂਸ ਇਨ ਅ ਮੰਥ 1 ਮਹੀਨੇ 1.5 ਮਹੀਨੇ ਬਾਅਦ ਅਸੀਂ ਰਾਉਂਡ ਲਗਾਉਂਦੇ ਹਾਂ ਸ਼ਹਿਰ ਦਾ ਮਜ਼ਾ ਆਉਂਦਾ। ਤਾਂ ਕੀ ਉਸ ਟਾਈਮ ਤੇ ਕੀ ਫੀਲਿੰਗ ਹੁੰਦੀ ਹੈ ਜਦੋਂ? ਬਸ ਬਿਆਨ ਨਹੀਂ ਕਰ ਸਕਦੇ ਜੀ, ਬਹੁਤ ਮਨ ਪ੍ਰਸੰਨ ਹੁੰਦਾ ਜੀ, ਇਹ ਸਾਰਿਆਂ ਦਾ ਆਸ਼ੀਰਵਾਦ ਹੈ ਜੀ, ਬਜ਼ੁਰਗਾਂ ਦਾ ਸਾਰਿਆਂ ਦਾ ਆਸ਼ੀਰਵਾਦ। ਤਾਂ ਜਿਵੇਂ ਕੋਈ ਇਹਦੇ 'ਚ ਕੋਈ ਖਰਾਬੀ ਆ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਤਾਂ ਫਿਰ ਇਸ ਨੂੰ ਕਿਵੇਂ ਠੀਕ ਕਰਵਾਉਂਦੇ? ਤੇ ਪਾਰਟਸ ਕਾਫੀ ਪੁਰਾਣੇ ਹੋਣਗੇ। ਦੇ ਪਾਰਟਸ ਮਿਲਦੇ ਨੇ ਜੀ, ਇੰਪੋਰਟ ਕਰਾਉਣੇ ਪੈਂਦੇ ਆ ਜਾਂ ਢੂੰਡਣੇ ਪੈਂਦੇ ਆ ਦਿੱਲੀ ਤੋਂ, ਚੰਡੀਗੜ੍ਹ ਤੋਂ, ਮੇਰਠ ਤੋਂ, 2-4 ਪਲੇਸਿਸ ਹੈਗੇ ਮਿਲ ਜਾਂਦੇ ਨੇ, ਕਈ ਵਾਰ ਨਹੀਂ ਮਿਲਦੇ, ਇੰਪੋਰਟ ਕਰਾਉਣੇ ਪੈਂਦੇ ਨੇ। ਅਗਰ ਇੰਪੋਰਟ ਨਹੀਂ ਹੁੰਦੇ ਤਾਂ ਫਿਰ ਉਹਦੀ ਐਡਜਸਟਮੈਂਟ ਕਰਨੀ ਪੈਂਦੀ ਹੈ, ਥੋੜ੍ਹੀ ਸੈਟਿੰਗ ਕਰਕੇ ਚਲਤੀ ਕਰ ਆਮ ਗਾੜੀ ਚਲਾਉਣੀ ਜ਼ਰੂਰੀ ਅਸੀਂ
ਇਸ ਲਈ ਅਸੀਂ 15 ਦਿਨ ਬਾਅਦ ਇੱਕ ਵਾਰ ਗੱਡੀ ਚਲਾਉਣੇ ਜ਼ਰੂਰ। ਤਾਂ ਅੱਗੋਂ ਵੀ ਇਹ ਸੰਭਾਲ ਕੇ ਫਿਰ ਇੱਦਾਂ ਹੀ ਰੱਖੋਗੇ? ਜੀ ਜੀ ਜੀ, ਮੇਰਾ ਬੇਟਾ ਬਹੁਤ ਸ਼ੌਕੀਨ ਹੈ ਜੀ, ਆਸਟ੍ਰੇਲੀਆ, ਔਰ ਉਹਨੇ ਹੀ ਇਹ ਤਿਆਰ ਕਰਵਾਈ ਸੀ। ਇਹ 20-21 ਸਾਲ ਗੈਰਜ ਖੜੇ ਤੇ। ਅੱਛਾ। ਹਾਂਜੀ, ਉਹਨੇ ਉਹ ਪਲੱਸ 2 ਚ ਸੀ, ਉਹਨੇ ਕਿਹਾ ਪਾਪਾ ਕਾਰ ਤਿਆਰ ਕਰਨੀ ਹੈ, ਫਿਰ ਅਸੀਂ ਨਿਕਾਲ ਕੇ ਇਹਨੂੰ ਰੈਨੋਵੇਟ ਕਰਾਇਆ ਸਾਰਾ, ਔਰ ਉਹ ਕਹਿੰਦਾ ਮੈਂ ਜੇ ਆਸਟ੍ਰੇਲੀਆ ਸੈੱਟ ਹੋਏਗਾ ਤਾਂ ਆਸਟ੍ਰੇਲੀਆ ਲੈ ਕੇ ਜਾਏਗਾ, ਨਹੀਂ ਤਾਂ ਇੱਥੇ ਉਹ ਅੱਗੇ ਚਲਾਏਗਾ। ਉਮੀਦ ਹੈ ਜੀ ਸਾਡੀ 5th ਜਨਰੇਸ਼ਨ ਵੀ ਤੋਂ ਸੰਭਾਲ ਕੇ ਰੱਖੇ। ਕੀ ਬਾਤ ਹੈ ਕਿ ਪੀੜ੍ਹੀਆਂ ਤੋਂ ਪੀੜ੍ਹੀਆਂ ਜਿਹੜੀਆਂ ਇਸ ਨੂੰ ਸੰਭਾਲਦੀਆਂ ਹੈਗੀਆਂ ਨੇ, ਔਰ ਖੁਸ਼ੀ ਹੁੰਦੀ ਹੈ ਕਿ ਜਦੋਂ ਪੁਰਾਣੀ ਚੀਜ਼ ਨੂੰ ਜਿਹੜਾ ਸੰਭਾਲ ਕੇ ਰੱਖਦਾ ਔਰ ਅੱਗੇ ਵੀ ਲੈ ਕੇ ਚੱਲਦਾ ਹੈਗਾ। ਤਾਂ ਤੁਸੀਂ ਦੇਖ ਸਕਦੇ ਹੈਗੇ ਇਹ, ਮੈਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਜਿਹੜਾ ਇਹ ਡਿਜ਼ਾਈਨ ਹੈ ਕਿਵੇਂ ਦਾ ਮਤਲਬ ਬਣਿਆ ਹੋਇਆ ਹੈ, ਨਾ ਉਸ ਟਾਈਮ ਦੇ ਉੱਤੇ ਕਿਵੇਂ ਦਾ ਹੁੰਦਾ ਸੀਗਾ? ਜਿਸ ਤਰ੍ਹਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ, ਇਹਦੇ 2 ਮਾਡਲ ਸੀਗੇ। ਇੱਕ ਮਾਡਲ ਸੀ 6 ਸਿਲੰਡਰ ਪੈਟਰੋਲ ਸੋਫਟ ਰੂਫ ਵਾਲਾ, ਹਾਰਡ ਟੋਪ ਹੈ, ਟੋਪ ਸੋਫਟ ਰੂਫ ਵਾਲਾ ਸੀ, ਥੋੜਾ ਸਸਤਾ ਸੀਗਾ, ਪਰ ਮੇਰੇ ਦਾਦਾ ਜੀ ਥੋੜੇ ਸ਼ੌਕੀਨ ਸੀਗੇ, ਉਹ ਕਹਿੰਦੇ ਸੀ ਨਹੀਂ ਹਾਰਡ ਟੋਪ ਲੈਣਾ, ਔਰ ਉਹਨਾਂ ਨੇ ਇਹ ਵਾਲਾ ਫਿਰ ਮਾਡਲ ਚੁਣਿਆ। ਇਹਦੇ 3 ਸਟੱਪਣੀਆਂ ਜੀ, ਸਪੇਅਰ ਜਿਹੜੇ ਵੀਲ ਹੈ ਇਹਦੇ 3 ਹੈ, 2 ਫਰੰਟ ਤੇ, 1 ਪਿੱਛੇ ਡਿੱਕੀ ਚ। ਅੱਛਾ। ਉਦੋਂ ਮਤਲਬ ਗੱਡੀਆਂ ਰੋਡ ਤਾਂ ਚਲੋ ਅੱਛੀਆਂ ਸੀਗਾ, ਬਾਕੀ ਪੰਚਰ ਔਰ ਇਹ ਲੌਂਗ ਰੂਟ ਤੇ ਗੱਡੀ ਬਹੁਤ ਦੂਰ ਤੱਕ ਗਈ ਹੈ। ਇਹ ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਹ ਕਲਕੱਤਾ, ਲਖਨਊ, ਦਿੱਲੀ ਤੱਕ ਤਾਂ ਆਮ ਗਈ ਹੈ। ਇਹ ਕਿੰਨੀ ਕਿਲੋਮੀਟਰ ਜਿਹੜੇ ਆ ਉਹ ਚੱਲ ਚੁੱਕੀ ਹੋਈ ਹੈ ਗੱਡੀ ਹੁਣ? ਇਹ ਰਫਲੀ ਜੀ ਮੇਰੇ ਖਿਆਲ 10 ਲੱਖ ਕਿਲੋਮੀਟਰ ਤੋਂ ਜ਼ਿਆਦਾ ਚੱਲ ਚੁੱਕੀ ਹੈ। 10 ਲੱਖ? ਜੀ ਜੀ ਜੀ, ਜ਼ਿਆਦਾ ਚੱਲ ਚੁੱਕੀ ਹੈਗੀ। ਔਰ ਇਹ ਉਦੋਂ ਗੈਲਨ ਚ ਪੈਟਰੋਲ ਮਿਲਦਾ ਸੀਗਾ, ਪੈਟਰੋਲ ਵਾਲੀ ਹੈ ਵਰਜਨ ਹੈ, ਡੀਜ਼ਲ ਤਾਂ ਉਦੋਂ ਹੈ ਨਹੀਂ ਸੀ, ਇਹ ਪੈਟਰੋਲ ਸੀ, ਔਰ ਇਦੋਂ ਗੈਲਨ ਚ ਪੈਟਰੋਲ ਮਿਲਦਾ ਸੀ, 4.5 ਲੀਟਰ ਦਾ ਗੈਲਨ ਹੁੰਦਾ, ਔਰ ਇਹ ਗੈਲਨ ਜਿਹਦੀ ਐਵਰੇਜ ਉਦੋਂ ਕਹਿੰਦੇ 15 ਦੀ ਐਵਰੇਜ ਸੀ। ਤੇ ਹੁਣ ਕਿੰਨੀ ਐਵਰੇਜ ਹੈ? ਨੋਟ ਨਹੀਂ ਕੀਤਾ ਜੀ, ਸਿਟੀ ਕੈਂਟ ਤੱਕ ਚੱਕਰ ਲਗਾਈਦਾ ਜਾਂ ਚਾਹੀਦਾ, ਇਹਦੇ ਚ ਐਵਰੇਜ ਨਹੀਂ ਕਾਊਂਟ ਕਰ। ਹੁਣ ਤੁਸੀਂ ਲੌਂਗ ਰੂਟ ਨਹੀਂ ਮਤਲਬ ਜਾਂਦੇ? ਜਾਂਦੇ ਜੀ, ਲੁਧਿਆਣੇ ਜਾਂਦੇ ਸਰਵਿਸ ਵਾਸਤੇ, ਜਾਂ ਨੀਅਰ ਐਂਡ ਡੀਅਰ ਕੋਈ ਫੰਕਸ਼ਨ ਸ਼ਾਦੀ ਹੁੰਦੀ, ਕਈ ਵਾਰੀ ਜਾਂਦੇ ਹਾਂ, ਜਿਆਦਾ ਦੂਰ ਨਹੀਂ ਗਏ, ਲੁਧਿਆਣੇ ਤੋਂ ਅੱਗੇ ਨਹੀਂ ਗਏ। ਅੱਗੇ ਵੀ ਫਿਰ ਸੰਭਾਲ ਕੇ ਇਹਨੂੰ ਰੱਖੋਗੇ? ਜੀ ਜੀ ਜੀ, ਪੂਰਾ ਚਾਂਸ ਤਾਂ ਪੂਰਾ ਜੀ, ਗੋਡ ਗ੍ਰੇਸ, ਆਸ਼ੀਰਵਾਦ ਰਿਹਾ ਵੱਡਿਆਂ ਦਾ, ਤੇ ਜ਼ਰੂਰ ਇਹਨੂੰ ਨੈਕਸਟ ਜਨਰੇਸ਼ਨ ਸਾਡੀ ਕੰਟੀਨਿਊ ਕਰਾਂਗੇ। ਤਾਂ ਬਿਲਕੁਲ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਹੋ ਕਿ ਇਸ ਵੇਲੇ ਵੀ ਇਹਨਾਂ ਨੇ ਪੂਰੀ ਸੰਭਾਲ ਕੇ ਰੱਖੀ ਹੋਈ ਹੈ। ਇਹ ਵਿੰਟੇਜ ਕਾਰ ਜਦੋਂ ਦੇਖਦੇ ਹਾਂ ਤਾਂ ਬਹੁਤ ਬਹੁਤ ਸੋਹਣੀ ਲੱਗਦੀ ਹੈ, ਅਤੇ ਜਦੋਂ ਲਈ ਵੀ ਹੋਏਗੀ ਉਸ ਟਾਈਮ ਦੇ ਉੱਤੇ 1937 ਦੇ ਵਿੱਚ ਜਦੋਂ ਲਈ ਹੋਊਗੀ ਤਾਂ ਕਿੰਨੀ ਸੋਹਣੀ ਹੋਏਗੀ ਤੁਸੀਂ ਦੇਖ ਸਕਦੇ ਹੋ। ਤਾਂ ਬਹੁਤ ਸੋਹਣੀ ਜਿਹੜੀ ਹੈ ਵਿੰਟੇਜ ਕਾਰ ਹੈਗੀ ਹੈ, 1937 ਦੇ ਵਿੱਚ ਇਸ ਨੂੰ ਲਿਆ ਗਿਆ ਹੈਗਾ ਸੀਗਾ, ਔਰ ਪੈਟਰੋਲ ਵਰਜਨ ਜਿਹੜਾ ਹੈਗਾ, ਔਰ ਇਸ ਦੀਆਂ 3 ਸਪਨੀਆਂ, ਔਰ ਜਿਸ ਹਿਸਾਬ ਨਾਲ ਇਹਨਾਂ ਨੇ ਦੱਸਿਆ ਕਿ 10 ਲੱਖ ਕਿਲੋਮੀਟਰ ਤੋਂ ਵੱਧ ਜਿਹੜੀ ਹੈ ਗੱਡੀ ਇਹ ਚੱਲ ਚੁੱਕੀ ਹੋਈ ਹੈ, ਤਾਂ ਵਿੰਟੇਜ ਕਾਰ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ, ਔਰ ਉਹਨਾਂ ਦਾ ਕਹਿਣਾ ਕਿ ਸਾਡੀ ਪੀੜ੍ਹੀਆਂ ਜਿਹੜੀਆਂ ਇਸ ਨੂੰ ਅੱਗੇ ਵੀ ਸੰਭਾਲ ਕੇ ਰੱਖਣਗੀਆਂ। ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ।